ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਬੱਡੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈੱਲ ਵਾਲੇ ਆਈਕੋਨ ਨੂੰ ਜ਼ਰੂਰ ਦੱਬੋ ਜੀ। ਦੋਸਤੋ, ਅੱਜ ਇਹਨਾਂ ਅਨਮੋਲ ਹੀਰਿਆਂ ਦੀ ਯਾਦ ਵਿੱਚ ਇੱਕ ਵੀਡੀਓ ਪਾਉਣ ਲੱਗੇ ਹਾਂ। 16 ਅਪ੍ਰੈਲ 1998 ਦੇ ਦਿਨ, ਅੱਜ ਤੋਂ 17-18 ਸਾਲ ਪਹਿਲਾਂ, ਕਬੱਡੀ ਖੇਡ ਜਗਤ ਨੂੰ ਉਸ ਵਕਤ ਬਹੁਤ ਵੱਡਾ ਘਾਟਾ ਪਿਆ ਸੀ ਜਦੋਂ ਮੋਗਾ ਜਗਰਾਵੋਂ ਤੋਂ ਹੁੰਦੇ ਹੋਏ ਕਾਰ ਵਿੱਚ ਸਵਾਰ ਹਰਜੀਤ ਬਰਾੜ ਬਾਜਾਖਾਨਾ, ਕੇਵਲ ਸੇਖਾ ਤਲਵਾਰ ਸਿੰਘ ਅਤੇ ਕੇਵਲ ਲੋਪੋ ਚੰਡੀਗੜ੍ਹ ਨੂੰ ਜਾ ਰਹੇ ਸਨ ਕਿ ਉਹਨਾਂ ਦੀ ਕਾਰ ਖਰੜ ਦੇ ਕੋਲ ਇੱਕ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕੇਵਲ ਸੇਖਾ, ਹਰਜੀਤ ਬਰਾੜ ਬਾਜਾਖਾਨਾ ਅਤੇ ਤਲਵਾਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਭਾਵੇਂ ਅੱਜ ਮਾਂ ਖੇਡ ਕਬੱਡੀ ਬੁਲੰਦੀਆਂ ਵੱਲ ਨੂੰ ਜਾ ਰਹੀ ਆ, ਪਰ ਇਸ ਦੁਨੀਆ ਤੋਂ ਬੇਵਕਤ ਤੁਰ ਗਏ ਇਹਨਾਂ ਚਾਰ ਅਣਮੋਲ ਖਿਡਾਰੀਆਂ ਨੂੰ ਦੁਨੀਆ ਅੱਜ ਵੀ ਚੇਤੇ ਕਰਦੀ ਆ, ਅਤੇ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਸੀ। ਅੱਜ ਦੀ ਤਰੀਕ ਖੇਡ ਜਗਤ ਲਈ ਵੱਡੇ ਘਾਟੇ ਵਾਲੀ ਮੰਨੀ ਗਈ ਆ। ਦੁਨੀਆ ਕਰਲਾ ਉੱਠੀ ਸੀ ਜਦੋਂ ਸਾਡੇ ਅਣਮੋਲ ਹੀਰੇ ਇੱਕ ਸੜਕ ਦੁਰਘਟਨਾ ਵਿੱਚ ਸਾਡੇ ਤੋਂ ਸਦਾ ਲਈ ਵਿਛੜ ਗਏ।